You are watching Channel Y. Channel Y, a South Asian Canadian channel. ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਦੌਰਾਨ ਇੱਕ ਗੋਦਾਮ ਵਿੱਚ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਗੋਦਾਮ ਚੋਂ ਸ਼ਰਾਬ ਦੀਆਂ 999 ਬੋਤਲਾਂ ਭਰ ਕੇ ਲੇਬਲ ਲਾਏ ਜਾ ਰਹੇ ਸਨ। ਪੁਲਿਸ ਦੀ ਛਾਪੇਮਾਰੀ ਦੌਰਾਨ ਫੈਕਟਰੀ 'ਚ ਤਿਆਰ ਕੀਤੀ ਗਈ 3800 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 2 ਲੋਕ ਫੈਕਟਰੀ ਦੇ ਤੇ 3 ਲੋਕ ਫੈਕਟਰੀ 'ਚੋਂ ਸ਼ਰਾਬ ਦੀ ਖੇਪ ਲੈਣ ਲਈ ਆਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ SSP ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਦੇ ਪਿੰਡ ਬਾਹੂ ਮਾਜਰਾ 'ਚ ਇੱਕ ਗੋਦਾਮ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਇਸ ਦਾ ਪਰਦਾਫਾਸ਼ ਕੀਤਾ ਹੈ। SSP ਨੇ ਕਿਹਾ ਕਿ ਪਿਛਲੇ 3-4 ਮਹੀਨਿਆਂ ਤੋਂ ਇਹ ਫੈਕਟਰੀ ਚੱਲ ਰਹੀ ਸੀ, ਜਿਸ 'ਚ ਰੋਜ਼ਾਨਾ 1000 ਪੇਟੀਆਂ ਸ਼ਰਾਬ ਬਣਾਈ ਜਾ ਰਹੀ ਸੀ। ਸਾਡੇ ਕੋਲ ਅੱਜ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪਿੰਡ ਬਾਹੋ ਮਾਜਰਾ ਹੈਗਾ, ਉੱਥੇ ਇਲੀਗਲ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ ਨਜਾਇਜ਼। ਤੋ ਇਹ ਜਿਹੜੀ ਇਨਫੋਰਮੇਸ਼ਨ ਦੀ ਬੜੀ ਪੁਖਤਾ ਸੀ, ਅਤੇ ਅਸੀਂ ਫਿਰ ਐਕਸਾਈਜ਼ ਡਿਪਾਰਟਮੈਂਟ ITC ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਟੀਮ ਨੂੰ ਸ਼ਾਮਿਲ ਕੀਤਾ। ਇਹਨਾਂ ਦੇ ਖਿਲਾਫ਼ ਜੋ ਬਣਦੀ ਕਾਨੂੰਨੀ ਜਿਹੜੇ ਬੰਦਿਆਂ ਦੇ ਸਾਨੂੰ ਨਾਮ ਪਤਾ ਸੀ, ਕਾਰਵਾਈ ਕਰਨ ਤੋਂ ਬਾਅਦ ਅਸੀਂ ਜੁਆਇੰਟ ਜਿਹੜਾ ਹੈਗਾ ਇੱਥੇ ਰੇਟ ਬਣਾ ਲਿਆ। ਕਿੰਨਾ ਕੁ ਬਰਾਮਦ ਹੋਏਗਾ? ਰੇਟ ਦੇ ਵਿੱਚ ਇਹ ਹੈਗਾ ਜੀ, ਲਗਭਗ 2800 ਪੇਟੀ ਜਿਹੜੀ ਸ਼ਰਾਬ ਦੀ ਹੈਗੀ ਹੈ ਉਹ ਤਾਂ ਬਣੀ ਹੋਈ ਸੀ, ਨਜਾਇਜ਼ ਸ਼ਰਾਬ ਸੀਗੀ, ਅਤੇ 950 ਪੇਟੀਆਂ ਦਾ ਮਾਲ ਤਿਆਰ ਸੀਗਾ। ਇਹ ਗਡਾਊਨ ਕਿਸ ਬੰਦੇ ਦਾ ਹੈਗਾ? ਇਹ ਗਡਾਊਨ ਹਲੇ ਵੈਰੀਫਾਈ ਕਰ ਰਹੇ ਕਿ ਇਹਨਾਂ ਦਾ ਗਡਾਊਨ ਹੈ, ਕਦੋਂ ਤੋਂ ਇਹਨਾਂ ਨੇ ਕਿਰਾਏ 'ਤੇ ਲਿਆ ਹੋਇਆ, ਕਿਰਾਏ 'ਤੇ ਲਿਆ ਜਾਂ ਆਪ ਮਾਲਕ ਹੈਗੇ ਨੇ, ਉਹ ਸਾਰਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਆ, ਉਹ ਬਾਅਦ 'ਚੋਂ ਦੱਸਿਆ। ਪਰ ਮੌਕੇ 'ਤੇ ਚੱਲ ਰਹੀ ਸੀ, ਮੌਕੇ 'ਤੇ ਫੈਕਟਰੀ ਇਹ? ਹਾਂ, ਜਦੋਂ ਅਸੀਂ ਰੇਟ ਮਾਰੀ ਹੈਗੀ ਤਾਂ ਉਸ ਸਮੇਂ ਬਿਲਕੁਲ ਮੌਕੇ 'ਤੇ ਜਿਹੜੇ ਹੈਗੇ ਨੇ ਗ੍ਰਾਹਕ ਵੀ ਜਿਹੜੇ ਹੈਗੇ ਲੈਣ ਆਏ ਹੋਏ ਸੀਗੇ ਸਮਾਨ, ਅਤੇ ਫੈਕਟਰੀ ਜਿਹੜੀ ਹੈਗੀ ਉਹ ਜਿਹੜੀ ਸ਼ਰਾਬ ਨਜਾਇਜ਼ ਬਣ ਰਹੀ ਸੀ। ਅਤੇ ਕਿੰਨੇ ਬੰਦੇ ਫੜੇ ਗਏ ਸਰ? ਅਤੇ ਹਲੇ ਅਸੀਂ ਜਿਹੜੇ ਬੇਸਿਕਲੀ 5 ਬੰਦੇ ਫੜੇ ਹੈਗੇ, ਰਾਊਂਡ ਅਪ ਕੀਤੇ, ਜਿਨ੍ਹਾਂ 'ਚੋਂ 3 ਬੰਦੇ ਤਾਂ ਜਿਹੜਾ ਸਮਾਨ ਲੈਣ ਆਏ ਹੋਏ ਸੀਗੇ, ਅਤੇ 2 ਇਹਨਾਂ 'ਚੋਂ ਮਾਲਕ ਹੈਗੇ ਨੇ ਜਿਨ੍ਹਾਂ ਦਾ ਸਮਾਨ ਹੈ, ਅਤੇ ਬਾਕੀ ਹਲੇ ਇਨਵੈਸਟੀਗੇਟ ਕਰ ਰਹੇ ਵੀ ਹੋਰ ਕਿਹਨਾਂ ਕਿਹਨਾਂ ਦਾ ਇਹ ਫੈਕਟਰੀ ਹੋ ਸਕਦੀ। ਇਹ ਸਪਲਾਈ ਹੈ ਜੋ ਸੋ ਸਾਨੂੰ ਪਤਾ ਲੱਗਿਆ ਵੀ ਪਿਛਲੇ 3-4 ਮਹੀਨੇ ਤੋਂ ਚੱਲ ਰਹੀ ਸੀ ਇਹ। ਪਹਿਲਾਂ ਕਹਿੰਦੇ ਸੀ 400-500 ਪੈਟੀ ਜਿਹੜੀ ਹੈਗੀ ਪਰ ਡੇ ਅਸੀਂ ਕੱਢਦੇ ਸੀਗੇ, ਹੁਣ ਇਹ ਪਤਾ ਲੱਗਿਆ ਸੀ ਥੋੜ੍ਹੇ ਦਿਨਾਂ ਤੋਂ 1000 ਕੁ ਪੇਟੀ ਹੈਗੀ ਪਰ ਡੇ ਜਿਹੜਾ ਹੈ ਸਮਾਨ ਬਣਾ ਕੇ ਮਾਲ ਬਾਹਰ ਵੇਚ ਰਹੇ ਸੀ, ਅਤੇ ਨਜਾਇਜ਼ ਸੀਗਾ, ਸਾਰੀ ਸ਼ਰਾਬ ਨਜਾਇਜ਼ ਸੀਗੀ। ਸਪਿਰਟ ਵੀ ਪਈ ਹੈ, ਜਿਵੇਂ ਤੁਸੀਂ ਦੇਖਿਆ ਨਾ, ਬਹੁਤ ਸਾਰੇ ਡਰੰਮ ਸਪਿਰਟ 'ਤੇ ਪਏ ਨੇ, ਖਾਲੀ ਬੋਤਲਾਂ ਪਈਆਂ ਨੇ, ਹੋਲੋਗ੍ਰਾਮਸ ਪਏ ਨੇ, ਬਹੁਤ ਕੁਝ ਪਿਆ। ਕੀ ਕੋਈ ਸਿਆਸੀ ਬੰਦੇ ਦਾ ਕੋਈ ਹੱਥ ਹੋ ਸਕਦਾ ਇਹਦੇ ਵਿੱਚ? ਨਹੀਂ, ਹਲੇ ਇਨਵੈਸਟੀਗੇਸ਼ਨ ਦਾ ਮੈਟਰ ਆ। ਕਿੰਨੀ ਦੇਰ ਤੋਂ ਚੱਲ ਰਹੀ ਸੀ ਇੱਥੇ ਫੈਕਟਰੀ ਹੈ? ਜੋ ਹਲੇ ਤੱਕ ਸਾਨੂੰ ਪਤਾ ਲੱਗ ਗਈ 2-3 ਮਹੀਨੇ ਤੋਂ ਚੱਲ ਰਹੀ ਸੀ, ਪਰ ਹਲੇ ਵੈਰੀਫਾਈ ਕਰ ਰਹੇ ਹਾਂ ਵੀ ਕਦੋਂ ਤੋਂ ਚੱਲ ਰਹੀ ਸੀ। ਜੋ ਵੀ ਹੋਏਗਾ ਤੁਹਾਨੂੰ ਮਾਪੇ ਤੋਂ ਦੱਸਿਆ ਜਾਏ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ। ਪਿਛਲੇ 1 ਮਹੀਨੇ ਤੋਂ ਨਾਂਦੇੜ ਸਾਹਿਬ ਵਿੱਚ ਫਸੇ ਹੋਏ ਸ਼ਰਧਾਲੂਆਂ ਦੀ ਆਖਿਰ ਲੰਬੀ ਉਡੀਕ ਤੋਂ ਬਾਅਦ ਪੰਜਾਬ ਵਾਪਸੀ ਸ਼ੁਰੂ ਹੋ ਗਈ ਹੈ। ਵੀਰਵਾਰ ਰਾਤ ਕਰੀਬ 2 ਵਜੇ ਅੱਧਾ ਦਰਜਨ ਬੱਸਾਂ ਹਜ਼ੂਰ ਸਾਹਿਬ ਪਹੁੰਚ ਗਈਆਂ ਸਨ। ਅੱਜ ਤੜਕਸਾਰ ਅੱਧੀ ਦਰਜਨ ਤੋਂ ਵਧੇਰੇ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਲਈ ਰਵਾਨਾ ਹੋ ਚੁੱਕੀਆਂ ਨੇ। ਫਿਲਹਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚ ਰੁਕੀਆਂ ਹੋਈਆਂ ਸੰਗਤਾਂ ਨੂੰ ਰਵਾਨਾ ਕੀਤਾ ਗਿਆ, ਜਦੋਂ ਕਿ ਸੱਚਖੰਡ ਸਾਹਿਬ ਦੇ ਨਾਲ ਸਰਾਵਾਂ ਵਿੱਚ ਰਹਿ ਰਹੇ ਸ਼ਰਧਾਲੂਆਂ ਦੇ ਨਾਂ ਵੀ ਪ੍ਰਬੰਧਕਾਂ ਵੱਲੋਂ ਨੋਟ ਜਾਰੀ ਕੀਤੇ ਗਏ ਨੇ। ਉਮੀਦ ਹੈ ਕਿ 1-2 ਦਿਨਾਂ ਵਿੱਚ ਸਾਰੇ ਸ਼ਰਧਾਲੂ ਵਾਪਸ ਪੰਜਾਬ ਆ ਜਾਣਗੇ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।